ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਦੇ ਅੰਦਰ ਟਰਬਨ ਬਾਈ ਕਮਲ ਤੇ ਅੱਜ ਤੁਹਾਡੇ ਵਾਸਤੇ ਨਵਾਂ ਐਪੀਸੋਡ ਲੈ ਕੇ ਮੈਂ ਹਾਜ਼ਰ ਹੋਇਆ ਤੇ ਅੱਜ ਦੇ ਐਪੀਸੋਡ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰੀਕੇ ਨਾਲ ਤੁਸੀਂ ਪੱਗ ਬੰਨਣ ਤੋਂ ਪਹਿਲੇ ਜਿਹੜਾ ਬੇਸ ਬਣਾਉਣਾ ਉਹ ਕਿਸ ਤਰੀਕੇ ਨਾਲ ਬਣਾਉਣਾ ਹੈਗਾ, ਕਿਉਂਕਿ ਇਹ ਵੀਡੀਓ ਜਿਹੜੀ ਹੈ ਬਹੁਤ ਜ਼ਰੂਰੀ ਆ, ਹਰ ਵੀਰ ਵਾਸਤੇ ਇੰਨੀ ਜ਼ਰੂਰੀ ਆ ਕਿਉਂਕਿ ਬੇਸ 'ਤੇ ਹੀ ਅੱਜ ਕੱਲ੍ਹ ਸਾਰੀ ਪੱਗ ਜਿਹੜੀ ਤੁਹਾਡੀ ਹੈ ਟਿਕੇਗੀ। ਅਗਰ ਤੁਹਾਡੀ ਬੇਸ ਜਿਹੜਾ ਹੈਗਾ ਉਹ ਤੁਹਾਡਾ ਸਹੀ ਨਹੀਂ ਹੈਗਾ, ਜਿਹਨੂੰ ਅਸੀਂ ਥੱਲੇ ਬੋਲਦੇ ਹਾਂ ਪਰਨਾ, ਪਰਨਾ ਅਗਰ ਤੁਹਾਡਾ ਥੱਲੇ ਬੰਨਿਆ ਹੋਇਆ ਠੀਕ ਨਹੀਂ ਆ। ਕਈ ਵੀਰ ਬਿਨਾਂ ਬੇਸ ਤੋਂ ਵੀ ਬੰਨਦੇ ਆ ਪੱਗ, ਲੇਕਿਨ ਬੇਸ ਬੰਨਣਾ ਇਸ ਕਰਕੇ ਜ਼ਰੂਰੀ ਹੁੰਦਾ ਕਿਉਂਕਿ ਪੱਗ ਦੀ ਸ਼ੇਪ ਜਿਹੜੀ ਅੱਜ ਕੱਲ੍ਹ ਡਿਪੈਂਡ ਆ ਉਹ ਸਾਰੀ ਬੇਸ ਦੇ ਉੱਪਰ ਹੈ। ਕਈ ਵੀਰਾਂ ਦੀ ਤੁਸੀਂ ਦੇਖਿਆ ਹੋਏਗਾ ਜਿਸ ਪਾਸੇ ਛੋਟੇ ਲੜ ਆਉਂਦੇ ਆ ਉਸ ਪਾਸੇ ਥੋੜ੍ਹਾ ਜਿਹਾ ਇਸ ਉਠਾਵ ਜਿਹਾ ਆਉਂਦਾ ਅਤੇ ਉਹ ਉਠਾਵ ਜਿਹੜਾ ਉਹ ਬੇਸ ਦੇ ਨਾਲ ਹੀ ਆਉਂਦਾ। ਮੇਰੀ ਜਿੱਦਾਂ ਪੱਗ ਹੈਗੀ ਮੈਂ ਦੋਨੋਂ ਸਾਈਡ ਤੋਂ ਇੱਕ ਵਰਗੀ ਰੱਖਦਿਆਂ ਅਤੇ ਕਈ ਵੀਰ ਇਸ ਤਰੀਕੇ ਨਾਲ ਹੀ ਬਣਦੇ ਆ ਅਤੇ ਉਹਨੂੰ ਗੋਲ ਬੇਸ ਬੰਨਣਾ ਪੈਂਦਾ। ਗੋਲ ਬੇਸ ਬੰਨਣ ਦਾ ਤਰੀਕਾ ਜਿਹੜਾ ਹੈਗਾ ਉਹ ਅੱਜ ਦੀ ਵੀਡੀਓ 'ਚ ਮੈਂ ਦੱਸਾਂਗਾ। ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਤਾਂ ਇਹਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਹੋਰ ਵੀਰਾਂ ਤੱਕ ਵੀ ਪਹੁੰਚਾਇਆ ਕਰੋ ਤਾਂ ਕਿ ਹੋਰ ਵੀਰ ਵੀ ਮੇਰੇ ਤਰੀਕੇ ਦੇਖ ਦੇਖ ਕੇ ਪੱਗ ਬੰਨੀ ਸਿੱਖਣ, ਦਾੜੀ ਬੰਨੀ ਸਿੱਖਣ। ਹੋਰ ਕੋਈ ਵੀ ਕਿਸੇ ਵੀ ਤਰੀਕੇ ਦੀ ਤੁਹਾਡੀ ਕੋਈ ਮਨ 'ਚ ਹੋਵੇ ਕਿ ਇਹ ਚੀਜ਼ ਪੁੱਛਣੀ ਚਾਹੀਦੀ ਸੀ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਅੰਦਰ ਲਿਖ ਸਕਦੇ ਹੋ ਅਤੇ ਮੈਂ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਉਹਨਾਂ ਦੇ ਕੋਸ਼ਿਸ਼ ਕਰਾਂਗਾ ਜਵਾਬ ਦੇਵਾਂ। ਅਤੇ ਆਓ ਦੇਖਦੇ ਹਾਂ ਕਿਸ ਤਰੀਕੇ ਨਾਲ ਅਸੀਂ ਬੇਸ ਬੰਨਣਾ ਹੈਗਾ ਪੱਗ ਬੰਨਣ ਤੋਂ ਪਹਿਲੇ, ਠੀਕ ਹੈ ਜੀ? ਆਓ ਮੇਰੇ ਦੋਸਤੋ, ਅਤੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਬੇਸ ਬੰਨਣ ਦਾ ਤਰੀਕਾ। ਅਤੇ ਬੇਸ ਵਾਸਤੇ ਤੁਹਾਨੂੰ ਇਹ ਪਰਨਾ ਲੈਣਾ ਹੈਗਾ, ਕੋਈ ਵੀ ਤੁਸੀਂ ਪਟਕਾ ਲੈ ਸਕਦੇ ਹੋ, ਕਿਸੇ ਵੀ ਤਰੀਕੇ ਦਾ ਤੁਸੀਂ ਪਰਨਾ ਲੈ ਸਕਦੇ ਹੋ ਅਕੋਰਡਿੰਗ ਤੁਸੀਂ ਆਪਣੇ ਫੇਸ ਦੇ ਹਿਸਾਬ ਨਾਲ। ਜੇ ਤੁਸੀਂ ਪੱਗ ਰੱਖਣੀ ਹੈ ਥੋੜ੍ਹੀ ਹੈਵੀ ਤਾਂ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਲੰਬਾ ਰੱਖੋ, ਜੇ ਤੁਸੀਂ ਅਗਰ ਛੋਟੀ ਰੱਖਣੀ ਹੈ ਤਾਂ 1.5 ਮੀਟਰ 2 ਮੀਟਰ ਜਿਸ ਵੀ ਹਿਸਾਬ ਨਾਲ ਤੁਸੀਂ ਪੱਗ ਦਾ ਆਪਣਾ ਤੁਸੀਂ ਰੱਖਣਾ ਕਿ ਪੱਗ ਮੈਨੂੰ ਥੋੜ੍ਹੀ ਜਿਹੀ ਫੁਲਾਵਟ 'ਚ ਚਾਹੀਦੀ ਹੈ ਅਤੇ ਬੇਸ ਤੁਹਾਨੂੰ ਉਸ ਤਰੀਕੇ ਨਾਲ ਬਣਾਉਣਾ ਪਏਗਾ। ਅਤੇ ਇਹਦੇ ਵਾਸਤੇ ਤੁਹਾਨੂੰ ਪਰਨਾ ਚਾਹੀਦਾ। ਪਰਨਾ ਲਈ ਜਿਹੜਾ ਮੈਂ ਬੰਨਣ ਜਾ ਰਿਹਾ ਉਹ 2 ਮੀਟਰ ਲੰਬਾ ਅਤੇ ਜਿਹੜਾ 12 ਇੰਚ ਚੌੜਾ, 12 ਇੰਚ ਚੌੜਾ ਅਤੇ 2 ਮੀਟਰ ਲੰਬਾ ਹੈਗਾ, 2 ਮੀਟਰ ਲੰਬਾਈ 'ਚ ਹੈਗਾ। ਚੌੜਾਈ ਮੈਂ ਇਸ ਕਰਕੇ ਜ਼ਿਆਦਾ ਨਹੀਂ ਲਿੱਤੀ ਕਿਉਂਕਿ ਸਭ ਦਾ ਆਪਣਾ ਆਪਣਾ ਤਰੀਕਾ ਹੈਗਾ, ਲੇਕਿਨ ਇਹਦਾ ਤਰੀਕਾ ਇਹੀ ਹੈਗਾ ਇਸ ਪੱਲੇ ਨੂੰ ਜਿੱਦਾਂ ਹੈਗਾ ਤੁਹਾਡਾ ਸਿੱਧਾ ਇਸ ਪੱਲੇ ਨੂੰ ਛੱਡ ਦਿਓ ਇੱਦਾਂ, ਹੋਰ ਦੂਜੇ ਪੱਲੇ ਨੂੰ ਜਦ ਤੁਸੀਂ ਛੱਡੋਗੇ ਤਾਂ ਜਿਹੜਾ ਇਹਦਾ ਕੋਨਾ ਹੈਗਾ ਇਹ ਵਾਲਾ ਕੋਨਾ ਇਹਨੂੰ ਫੜ ਲਓ ਅਤੇ ਇੱਧਰੋਂ ਦੀ ਇਹਨੂੰ ਫੜ ਲਓ, ਇਹਨੂੰ ਪਿੱਛੋਂ ਦੀ ਲੈ ਕੇ ਜਾਓ ਇਸ ਤਰੀਕੇ ਨਾਲ। ਅਤੇ ਜਿੱਦਾਂ ਹੀ ਤੁਸੀਂ ਛੱਡਿਆ ਪਿੱਛੇ ਇਹ ਵਾਲਾ ਅਤੇ ਬਾਕੀ ਜਿੱਥੇ ਲੰਬੀ ਸਾਈਡ ਆ ਉਹ ਤੁਸੀਂ ਆਪਣੇ ਹੱਥ 'ਚ ਇੱਦਾਂ ਫੜ ਲੈਣੀ ਹੈ ਅਤੇ ਸਿੱਧੀ ਰੱਖਣੀ ਆ ਇਸ ਤਰੀਕੇ ਨਾਲ। ਇਹ ਵਾਲੀ ਚੀਜ਼ ਜਿਹੜੀ ਆਏਗੀ ਇੱਦਾਂ ਆਏਗੀ, ਇਹਨੂੰ ਇੱਦਾਂ ਆਉਣ ਤੋਂ ਬਾਅਦ ਤੁਸੀਂ ਇਸ ਪੱਲੇ ਦੇ ਹੇਠਾਂ ਥੱਲੇ ਦਬਾ ਦੇਣਾ, ਇਹ ਦਬਾ ਤਾ। ਹੋਰ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਇਸ ਤੋਂ ਪਹਿਲੀ ਵੀਡੀਓ ਦੇ ਅੰਦਰ ਕਿ ਜਿਮ ਵਾਲਾ ਪਟਕਾ ਜਿਹੜਾ ਹੈਗਾ, ਜਿਮ ਵਾਲੇ ਪਟਕੇ 'ਚ ਅਸੀਂ ਪਿੱਛੇ ਗੱਠ ਮਾਰਦੇ ਹਾਂ, ਚਾਹੋ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ, ਪਰ ਜਿਮ ਵਾਲਾ ਪਟਕਾ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਟਾਈਟ ਬੰਨਣਾ ਪੈਂਦਾ, ਪਰ ਇਹ ਟਾਈਟ ਨਹੀਂ ਬੰਨਣਾ ਪਏਗਾ, ਇਹ ਹਲਕਾ ਜਿਹਾ ਲੂਜ਼ ਰੱਖੋ ਕਿਉਂਕਿ ਅੰਦਰ ਜਿਹੜਾ ਹੈਗਾ ਹਿਸਾਬ ਤੁਸੀਂ ਜਿਸ ਤਰੀਕੇ ਨਾਲ, ਮੈਂ ਤਾਂ ਥੱਲੇ ਇਹ ਪਟਕਾ ਬੰਨਣਾ ਹੈਗਾ ਅਤੇ ਮੈਂ ਇਹਦੀ 50 ਬਣਾਵਾਂਗਾ, ਇਸ ਬਲੈਕ ਦੀ 50 ਬਣਾਵਾਂਗਾ ਔਰ ਇਹਨੂੰ ਫਿਰ ਉਸ ਹਿਸਾਬ ਨਾਲ ਮੈਂ ਸੈਟਿੰਗ ਕਰਕੇ ਇਹਨੂੰ 50 ਬਣਾ ਲਵਾਂਗਾ। ਹੁਣ ਤੁਸੀਂ ਗੋਲ ਬਣਨਾ ਚੌਰਸ ਬਣਨਾ ਹੈ ਤੁਹਾਡੇ ਉੱਪਰ ਡਿਪੈਂਡ ਹੈ। ਕਈ ਵੀਰਾਂ ਦੀ ਇਸ ਚੀਜ਼ ਇਹ ਵਾਲੀ ਜਗ੍ਹਾ ਜਿਹੜੀ ਫੁੱਲੀ ਹੁੰਦੀ ਆ ਉਹ ਇੱਥੇ ਕੱਪੜਾ ਰੱਖਦੇ ਆ, ਕੱਪੜਾ ਰੱਖ ਕੇ ਉਹਦਾ ਵੀ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਬੜਾ ਆਸਾਨ ਤਰੀਕਾ ਦੱਸਾਂਗਾ ਕਿ ਉਹ ਕੱਪੜਾ ਰੱਖਣ ਦਾ ਤਰੀਕਾ। ਵੀਰ ਇੱਦਾਂ ਕਰਕੇ ਫਿਰ ਉਸ ਤੋਂ ਉੱਪਰ ਉਹਦੀ ਪੱਲਾ ਇੱਦਾਂ ਲੈ ਕੇ ਆਉਂਦੇ ਆ, ਫਿਰ ਇੱਥੇ ਕੱਪੜਾ ਰੱਖਦੇ ਆ, ਫਿਰ ਮੋਟਾ ਕਰਦੇ ਆ ਅਤੇ ਉਹਦਾ ਵੀ ਤਰੀਕਾ ਹੈਗਾ ਸਾਡੇ ਕੋਲ। ਉਹ ਮੈਂ ਬੜਾ ਆਸਾਨ ਇੱਕ ਆਈਡੀਆ ਹੈਗਾ ਉਹਦਾ, ਹੁਣ ਤੁਸੀਂ ਚਾਹੋ ਤਾਂ ਇਹਨੂੰ ਉੱਪਰ ਹੀ ਇੱਦਾਂ ਫਸਾ ਲਓ। ਹੁਣ ਇੱਕ ਚੀਜ਼ ਦਾ ਧਿਆਨ ਰੱਖੋ ਬੇਸ ਬਣਾਉਣ ਤੋਂ ਪਹਿਲੇ, ਦੇਖੋ ਇਹਦੇ ਅੰਦਰ ਕੋਈ ਸਫਾਈ ਦੀ ਲੋੜ ਨਹੀਂ ਪੈਂਦੀ ਕਿ ਸਾਫ਼ ਹੋਣਾ ਚਾਹੀਦਾ ਜਾਂ ਕਿਸੇ ਤਰੀਕੇ ਨਾਲ। ਜੇ ਤੁਸੀਂ ਬਲੂ ਪੱਗ ਬਣ ਰਹੇ ਹੋ ਤਾਂ ਬਲੂ ਬੇਸ ਰੱਖੋ, ਜੇ ਬਲੈਕ ਬਣ ਰਹੇ ਹੋ ਤਾਂ ਬਲੈਕ ਰੱਖੋ, ਜੇ ਤੁਸੀਂ ਹੋਰ ਕੋਈ ਕਲਰ ਦੀ ਬਣ ਰਹੇ ਹੋ ਜਿਸ ਕਲਰ ਦੀ ਪੱਗ ਹੋਵੇ ਉਸ ਕਲਰ ਦਾ ਹੀ ਬੇਸ ਰੱਖੋ। ਉਹਦੇ ਨਾਲ ਕੀ ਆ, ਕਿਉਂਕਿ ਜਦ ਅਸੀਂ ਉੱਪਰਲਾ ਪੱਲਾ ਲਈਦਾ ਸਿਰ ਢੱਕਣ ਵਾਸਤੇ ਤਾਂ ਥੱਲਿਓ ਦੀ, ਜਿੱਦਾਂ ਹੁਣ ਮੈਂ ਸੰਤਰੀ ਲੈ ਲਿਆ ਅਤੇ ਮੈਂ ਅਗਰ ਇਹਦੇ ਉੱਪਰ ਬਲੈਕ ਪੱਗ ਬੰਨੂੰਗਾ ਤਾਂ ਥੱਲਿਓ ਦੀ ਸੰਤਰੀ ਨਜ਼ਰ ਆਏਗਾ।
ਤੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਸਾਰੇ ਵੀਰਾਂ ਨੂੰ ਇਹ ਦੱਸਣ ਦੀ ਕਿ ਜਿਹੜੀ ਪ੍ਰੋਬਲਮ ਸਾਨੂੰ ਹੋਰਾਂ 'ਚ ਨਜ਼ਰ ਆਉਂਦੀ ਹੈ ਉਹ ਜਦ ਮੈਂ ਸਿਖਾਉਣ ਲੱਗਦਾ ਤੇ ਉਹ ਦੂਜਿਆਂ 'ਚ ਨਾ ਨਜ਼ਰ ਆਵੇ। ਤੇ ਇਹਦਾ ਮਤਲਬ ਮੈਂ ਤੁਹਾਨੂੰ ਇਹੀ ਚੀਜ਼ ਕਲੀਅਰ ਕਰਨ ਜਾ ਰਿਹਾ ਕਿ ਜੇ ਤੁਸੀਂ ਇਹ ਕੇਸਰੀ ਬੰਨਣ ਲੱਗੇ ਹੋ ਬੇਸ, ਤੇ ਪੱਗ ਵੀ ਤੁਹਾਡੀ ਕੇਸਰੀ ਹੋਣੀ ਚਾਹੀਦੀ ਹੈ। ਜੇ ਕੇਸਰੀ ਨਹੀਂ ਹੋਏਗੀ ਤੁਸੀਂ ਵਾਈਟ ਬੰਨ ਲਈ ਤਾਂ ਕੇਸਰੀ ਥੱਲਿਆਂ ਦੀ ਨਜ਼ਰ ਆਏਗਾ। ਕੋਸ਼ਿਸ਼ ਹੈ ਕਰੋ ਜਿਸ ਕਲਰ ਦੀ ਪੱਗ ਆ ਉਸ ਕਲਰ ਦਾ ਬੇਸ ਹੋਵੇ। ਜੇ ਨਹੀਂ ਵੀ ਆ ਤੇ ਉਹਦਾ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ। ਹੁਣ ਇਹ ਤੁਸੀਂ ਇਹ ਆਖਰੀ ਜਿਹੜਾ ਹੈਗਾ ਮੇਰਾ ਲੜ, ਸਿਰਫ ਇਹਨੂੰ ਇੱਦਾਂ ਲੈ ਕੇ ਤੇ ਪਿੱਛੇ ਫਸਾ ਦੇਣਾ। ਇਹ ਸਾਡਾ ਬੇਸ ਤਿਆਰ ਹੋ ਗਿਆ, ਠੀਕ ਹੈ ਜੀ। ਨਾਲ 50 ਵੀ ਬੰਨੀ ਰਹਿ ਗਈ। ਇਹ ਹੋ ਗਿਆ ਤੁਹਾਡਾ ਇੱਕ ਤਰੀਕਾ। ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਤੁਸੀਂ ਬੇਸ ਬੰਨ ਲਿਆ, ਹੁਣ ਤੁਹਾਨੂੰ ਇਹ ਜਗ੍ਹਾ 'ਤੇ ਫਲਾਵਟ ਚਾਹੀਦੀ ਹੈ। ਇਹ ਫਲਾਵਟ ਵਾਸਤੇ ਤੁਸੀਂ ਕੀ ਕਰਨਾ ਹੈਗਾ, ਮਾਰਕੀਟ 'ਚ ਅਗਰ ਤੁਸੀਂ ਜਾਓਗੇ ਤੇ ਤੁਹਾਨੂੰ ਇਸ ਤਰੀਕੇ ਦੀ ਟਿਊਬ ਮਿਲਦੀਆਂ, ਇੱਦਾਂ ਦੀ ਟਿਊਬਾਂ ਮਿਲਦੀਆਂ। ਇਹਨੂੰ ਟਿਊਬ ਬੋਲਦੇ ਆ ਕਈ, ਇਹਨੂੰ ਅਲੱਗ ਅਲੱਗ ਨਾਮ ਹੈਗੇ ਵੈਸੇ, ਹੈ ਐਸ ਪਰ ਤੁਸੀਂ ਯੂਜ ਕਰ ਸਕਦੇ ਹੋ। ਜੋ ਮੈਂ ਆਈਡੀਆ ਤੁਹਾਨੂੰ ਦੱਸਣ ਜਾ ਰਿਹਾ ਉਹਦਾ ਆਈਡੀਆ, ਤੇ ਤੁਸੀਂ ਇਹ ਵਾਲੀ ਚੀਜ਼ ਲੈ ਲਈ। ਹੁਣ ਕੀ ਆ, ਮੰਨ ਕੇ ਚੱਲੋ ਕਿ ਅਸੀਂ ਇਹ ਹੁਣ ਇਸ ਸਾਈਡ ਤੇ ਸਾਨੂੰ ਫਲਾਵਟ ਚਾਹੀਦੀ ਹੈ। ਫਲਾਵਟ ਵਾਸਤੇ ਕੀ ਆ, ਤੁਸੀਂ ਕਿੰਨੀ ਫਲਾਵਟ ਚਾਹੀਦੀ ਹੈ ਤੁਸੀਂ ਇਹ ਦੇਖਣਾ ਚਾਹੋਗੇ ਕਿ ਹਾਂਜੀ ਮੈਨੂੰ ਘੱਟ ਤੋਂ ਘੱਟ ਇੱਥੋਂ ਦੀ ਇੰਨਾ ਉੱਠਿਆ ਚਾਹੀਦਾ ਜਾਂ ਜ਼ਿਆਦਾ ਉੱਠਿਆ ਚਾਹੀਦਾ। ਤੇ ਤੁਸੀਂ ਕੀ ਕਰਨਾ ਹੈਗਾ, ਪਹਿਲੇ ਇਸ ਟਿਊਬ ਦਾ ਉੱਪਰ ਲੈ ਲੈਣੀ ਹੈ ਇਹਦਾ, ਠੀਕ ਹੈ ਜੀ। ਇਹ ਲੈ ਲਈ, ਹੁਣ ਬਲਿਊ ਪੱਗ ਬੰਨ ਲਈ ਅਸੀਂ, ਸਮਝੋ ਤੁਸੀਂ ਬਲਿਊ ਬੰਨਣੀ ਹੈ ਤੇ ਬਲਿਊ ਤੁਸੀਂ ਉੱਪਰ ਰੱਖ ਲਈ। ਇਹਨੂੰ ਤੁਸੀਂ ਪੂਰਾ ਫੋਲਡ ਕਰ ਲਿਆ, ਲੈਣਾ ਬਹੁਤ ਆਸਾਨ ਹੈਗਾ ਹੈ, ਤੁਸੀਂ ਲਾ ਸਕਦੇ ਹੋ। ਫਿਰ ਤੁਸੀਂ ਜਿਹੜਾ ਕੱਪੜਾ ਜਿਸ ਹਿਸਾਬ ਨਾਲ ਤੁਸੀਂ ਮੋਟਾਪਨ ਕਰਨਾ ਹੈਗਾ ਉਸ ਹਿਸਾਬ ਨਾਲ ਤੁਸੀਂ ਇਹ ਇਸ ਤਰੀਕੇ ਨਾਲ ਅਸੀਂ ਲੈ ਲਿਆ। ਤੇ ਹੁਣ ਕੀ ਆ, ਇਹਦੇ ਥੱਲੇ ਇੱਦਾਂ ਰੱਖਿਆ ਹੋਰ ਇਸ ਤਰੀਕੇ ਨਾਲ ਅਸੀਂ ਇਹ ਮੋਟੀ ਕਰ ਲਈ। ਇਹ ਜਗ੍ਹਾ ਜਿਹੜੀ ਹੈਗੀ ਇਹ ਸਾਡੀ ਫਲਾਵਟ। ਤੁਹਾਨੂੰ ਹੋਰ ਮੋਟਾ ਕਰਨਾ ਤੇ ਤੁਸੀਂ ਇਸੀ ਨੂੰ ਕੱਪੜੇ ਨੂੰ ਤੁਸੀਂ ਵਧਾ ਸਕਦੇ ਹੋ, ਹੋਰ ਕੱਪੜਾ ਮੋਟਾ ਰੱਖ ਸਕਦੇ ਹੋ। ਪਰ ਜ਼ਿਆਦਾਤਰ ਵੀਰ ਜਿਹੜੇ ਆ ਉਹ ਹਿਸਾਬ ਦੇ ਨਾਲ ਹੀ ਕਰਦੇ ਆ ਮੋਟਾ ਇਸ ਤਰੀਕੇ ਨਾਲ। ਇਹ ਦੇਖੋ ਇਹ ਤੁਸੀਂ ਇਹ ਬਣ ਚੁੱਕਿਆ, ਇਸ ਜਗ੍ਹਾ ਤੋਂ ਫਲਾਵਟ ਆ ਚੁੱਕੀ ਹੈ, ਠੀਕ ਹੈ ਜੀ। ਇਹ ਤੁਹਾਡਾ ਦੂਜਾ ਤਰੀਕਾ ਹੋ ਗਿਆ ਫਲਾਵਟ ਲਿਆਉਣ ਦਾ ਇਸ ਜਗ੍ਹਾ ਤੋਂ। ਤੇ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਅਗਰ ਇਹ ਵਾਲੀ ਚੀਜ਼ ਕਰੋਗੇ ਨਾ ਇਸ ਤਰੀਕੇ ਨਾਲ, ਤੇ ਇਹਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ। ਹੁਣ ਮੈਂ ਜਿੱਦਾਂ ਨੀਲੀ ਪੱਗ ਬੰਨਾਂਗਾ, ਤੇ ਨੀਲੀ ਪੱਗ ਆ ਮੇਰੇ, ਇਹ ਮੈਂ ਲਾਈ ਹੈ ਸਮਝੋ, ਟਿਊਬ ਵਾਲਾ ਕੱਪੜਾ ਪਾਇਆ ਮੈਂ, ਤੇ ਨੀਲੀ ਪੱਗ ਬੰਨੀ ਤੇ ਨੀਲਾ ਹੈਗਾ ਤੇ ਪਤਾ ਹੀ ਨਹੀਂ ਚੱਲੇਗਾ। ਤੇ ਇਕਦਮ ਇੱਦਾਂ ਲੱਗੇਗਾ ਕਿ ਇੱਕ ਹੀ ਤਰੀਕੇ ਨਾਲ ਪੂਰਾ ਕੱਪੜਾ ਹੈਗਾ, ਥੱਲੇ ਜਿਹੜਾ ਬੇਸ ਆ ਉਹ ਕਿਸੇ ਨੂੰ ਨਹੀਂ ਪਤਾ ਚੱਲੇਗਾ। 50 ਚ ਥੋੜਾ ਜਿਹਾ ਅੰਤਰ ਆਏਗਾ, 50 ਅਸੀਂ ਜਿਹੜੀ ਰੱਖਾਂਗੇ ਉਹ ਉਸ ਹਿਸਾਬ ਨਾਲ ਬੇਸ ਦੇ ਨਾਲ ਨਹੀਂ ਮੈਚ ਕਰੇਗੀ। ਜੇ ਤੁਸੀਂ ਨੀਲੀ ਬਣ ਰਹੇ ਹੋ ਤਾਂ 50 ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਰੱਖ ਸਕਦੇ ਹੋ। ਹੋਰ ਆ ਗਏ ਅਸੀਂ ਤੀਜੀ ਗੱਲ ਤੇ, ਤੀਜਾ ਜਿਹੜਾ ਹੈਗਾ ਸਾਡਾ ਪੁਆਇੰਟ, ਉਹ ਤੀਜਾ ਪੁਆਇੰਟ ਮੇਰਾ ਇਹ ਸੀਗਾ ਕਿ ਜਦ ਵੀ ਤੁਸੀਂ ਕਦੀ ਵੀ ਬੇਸ ਬੰਨੋ ਤੇ ਉਹ ਬੇਸ ਨੂੰ ਬੰਨਣ ਤੋਂ ਪਹਿਲੇ ਤੁਸੀਂ ਜਿਹੜੇ ਮੈਂ ਥੱਲੇ ਪਰਨਾ ਬੰਨਿਆ ਹੋਇਆ ਜਾਂ ਪਟਕਾ ਜਿਹੜਾ ਬੰਨਿਆ ਹੋਇਆ ਉਹ ਵਾਲੇ ਪਟਕੇ ਨੂੰ ਤੁਸੀਂ ਬੇਸ ਦੇ ਉੱਪਰ ਵੀ ਬੰਨ ਸਕਦੇ ਹੋ, ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦਿਖਾ ਰਿਹਾ। ਇਹ ਸਮਝੋ ਤੁਸੀਂ ਇਹ ਹੋ ਗਿਆ, ਇਹ ਬੇਸ ਮੈਂ ਖੋਲਣ ਜਾ ਰਿਹਾ, ਠੀਕ ਆ। ਇਹ ਜਿਹੜਾ ਮੇਰਾ ਪਟਕਾ ਹੈਗਾ ਮੈਂ ਡਾਇਰੈਕਟ, ਇਹ ਪਟਕਾ ਜਿਹੜਾ ਹੈਗਾ ਇਹ ਪਿੱਛੇ ਤਨੀਆਂ ਵਾਲਾ ਹੈਗਾ, ਤੇ ਇਹਨੂੰ ਪਹਿਲੇ ਮੈਂ ਬੇਸ ਬੰਨਣਾ, ਇਹਨੂੰ ਉੱਪਰੋਂ ਦੀ ਬੰਨਣਾ, ਫਿਰ ਤੁਸੀਂ ਇਸ ਕਲਰ ਦੇ ਲੈਣੇ ਆ। ਹਰ ਕਲਰ ਦਾ ਤੁਸੀਂ ਇਹ ਪੱਗ ਦੇ ਹਿਸਾਬ ਨਾਲ ਇਹ ਪਟਕਾ ਲੈ ਸਕਦੇ ਹੋ, ਮਹਿਰੂਨ ਲੈ ਸਕਦੇ ਹੋ, ਚਿੱਟਾ ਲੈ ਸਕਦੇ ਹੋ। ਬੇਸ ਤੁਸੀਂ ਇਹੀ ਰੱਖੋ, ਕੋਈ ਵੀ ਤੁਹਾਡੇ ਕੋਲ ਕਲਰ ਦਾ ਹੈਗਾ ਬੇਸ ਇਹੀ ਰੱਖੋ। ਉਸ ਤੋਂ ਬਾਅਦ ਤੁਸੀਂ ਕੀ ਕਰੋ, ਉੱਪਰੋਂ ਦੀ ਇਹ ਪਟਕਾ ਬੰਨ ਸਕਦੇ। ਜੇ ਪਟਕਾ ਨਹੀਂ ਬੰਨਣਾ ਤੇ ਤੁਹਾਡੇ ਵਾਸਤੇ ਮੈਂ ਆਸਾਨ ਤਰੀਕਾ ਦੱਸਿਆ ਤੁਹਾਨੂੰ, ਇਹ ਵਾਲਾ ਟਿਊਬ ਵੱਲ ਇਹ ਟਿਊਬ ਰੱਖੋ। ਟਿਊਬ ਰੱਖਣ ਦਾ ਫਾਇਦਾ ਇਹ ਹੈਗਾ, ਬਲੈਕ ਕਲਰ ਦੀ ਟਿਊਬ ਲੈ ਲਓ ਤੁਸੀਂ, ਬਲੈਕ ਲੈ ਲਓ, ਮਹਿਰੂਨ ਲੈ ਲਓ, ਰੈੱਡ ਲੈ ਲਓ, ਇਹ ਵੀ ਹਰ ਕਲਰ ਦੀ ਮਾਰਕੀਟ 'ਚ ਮਿਲਦੀਆਂ ਹੈਗੀਆਂ।
और इन्हों पाना बहुत सौखा है। तुसी अपना बेस बनिया, बेस बनन तो बाद जे थानू इस साइड तो मोटा करना है या इस साइड तो फ्लावर चाहिए है, दोनों साइड तो बराबर चाहिए है, तुसी यह ट्यूब पा के अंदरली साइड से तुसी अपना जो भी तुसी कपड़ा लगाना और लगा के दोनों साइड तो इक्वल करके तुसी पग बन सकते हो। अगर थानू मेरी वीडियो अच्छी लगी है तो इन्हें लाइक करियो, शेयर करियो, तो होर वीर तक भी पहुँचाओ। थैंक यू वेरी मच। वाहगुरु जी का खालसा, वाहगुरु जी की फतेह।